ਸਤਿ ਸ਼੍ਰੀ ਅਕਾਲ ਜੀ ਤਾਂ ਟੀਵੀ ਐਨ ਆਰ ਆਈ ਦੀ ਸਪੈਸ਼ਲ ਰਿਪੋਰਟ 'ਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਮੈਂ ਵੀ ਚੌਕੀਦਾਰ ਹਾਂ ਤੋਂ ਲੈ ਕੇ ਚੌਕੀਦਾਰ ਚੋਰ ਹੈ ਤੱਕ ਇਹਨਾਂ ਜੁਮਲਿਆਂ ਦੀ ਉਪਜ ਇੱਕ ਘੋਟਾਲੇ ਦੇ ਕਾਰਨ ਹੋਈ। ਰਾਫੇਲ ਜੋ ਕਿ ਇਸ ਚੁਣਾਵੀ ਮਾਹੌਲ 'ਚ ਬੀਜੇਪੀ ਦੇ ਗਲੇ ਦਾ ਫੰਦਾ ਬਣੀ ਹੋਈ ਹੈ, ਉੱਥੇ ਹੀ ਕਾਂਗਰਸ ਦੇ ਲਈ ਇੱਕ ਹਥਿਆਰ। ਇਸੇ ਨੂੰ ਲੈ ਕੇ ਔਗਸਤਾ ਵੈਸਟਲੈਂਡ ਕੇਸ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦਾ ਮਤਲਬ ਹੈ ਕਿ ਹੁਣ ਬੀਜੇਪੀ ਦੇ ਕੋਲ ਪਲਟਵਾਰ ਕਰਨ ਦੇ ਲਈ ਇੱਕ ਠੋਸ ਮੁੱਦਾ ਹੈ ਅਤੇ ਕਾਂਗਰਸ ਦੇ ਲਈ ਚਿੰਤਾ ਦਾ ਵਿਸ਼ਾ। ਕ੍ਰਿਸ਼ਨ ਮਿਸ਼ਲ ਦੀ ਗ੍ਰਿਫਤਾਰੀ ਦੇ ਨਾਲ ਹੀ ਇਹ ਡੀਲ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਜ਼ਾਹਿਰ ਹੈ ਕਿ ਇਸ ਡੀਲ ਦਾ ਅਸਰ ਲੋਕ ਸਭਾ ਚੋਣਾਂ 'ਚ ਦੇਖਣ ਨੂੰ ਮਿਲੇਗਾ। ਕੀ ਹੈ ਔਗਸਤਾ ਵੈਸਟਲੈਂਡ ਡੀਲ ਦਾ ਅਸਲੀ ਸੱਚ? ਆਓ ਦਿਖਾਉਂਦੇ ਹਾਂ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ 1999 'ਚ VVIP ਹੈਲੀਕਾਪਟਰ ਖਰੀਦਣ ਦਾ ਮਾਨ ਬਣਾਇਆ ਸੀ, ਜਿਸ ਦੀ ਮਦਦ ਦੇ ਨਾਲ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕਈ ਹੋਰ ਨੇਤਾਵਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣੀਆਂ ਸੀ। ਫਿਰ ਬੀਜੇਪੀ ਦੀ ਸਰਕਾਰ ਬਦਲੀ ਅਤੇ 2004 'ਚ ਕਾਂਗਰਸ ਦੀ ਸਰਕਾਰ ਸ਼ਾਸਨ 'ਚ ਆਈ ਅਤੇ 2010 'ਚ ਆਉਂਦੇ ਆਉਂਦੇ UPA ਸਰਕਾਰ ਨੇ 12 ਹੈਲੀਕਾਪਟਰ ਖਰੀਦਣ ਦੀ ਮਨਜ਼ੂਰੀ ਦਿੱਤੀ। ਇਸ ਕੰਟਰੈਕਟ ਦੀ ਕੀਮਤ ਕਰੀਬ 3600 ਕਰੋੜ ਦੀ ਸੀ ਅਤੇ ਇਹ ਕੰਟਰੈਕਟ ਔਗਸਤਾ ਵੈਸਟਲੈਂਡ ਨਾਮ ਦੀ ਕੰਪਨੀ ਦੇ ਨਾਲ ਕੀਤਾ ਗਿਆ। ਫਿਰ ਸਨ 2012 'ਚ ਇੰਡੀਅਨ ਐਕਸਪ੍ਰੈਸ ਨੇ ਇਸ ਰਿਪੋਰਟ ਦਾ ਦਾਅਵਾ ਕੀਤਾ ਕਿ ਫਿਨ ਮੈਕੈਨਿਕਾ, ਜੋ ਕਿ ਔਗਸਤਾ ਵੈਸਟਲੈਂਡ ਦੀ ਪੈਰੈਂਟ ਕੰਪਨੀ ਹੈ, ਜਿਸ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਔਗਸਤਾ ਵੈਸਟਲੈਂਡ ਨੇ ਕੰਟਰੈਕਟ ਹਾਸਲ ਕਰਨ ਦੀ ਖਾਤਰ ਭਾਰਤ ਵਿੱਚ 423 ਕਰੋੜ ਰੁਪਏ ਦਾ ਘੋਟਾਲਾ ਕੀਤਾ। ਬਸ ਫਿਰ ਕੀ, ਭਾਰਤ 'ਚ ਇਸ ਡੀਲ ਦੀ ਜਾਂਚ CBI ਨੂੰ ਸੌਂਪ ਦਿੱਤੀ ਗਈ। ਏਅਰਫੋਰਸ ਦੇ ਸਾਬਕਾ ਮੁਖੀ SP ਤਿਆਗੀ ਦਾ ਨਾਮ ਇਸ ਘੋਟਾਲੇ 'ਚ ਸਾਹਮਣੇ ਆਇਆ। CBI ਨੇ SP ਤਿਆਗੀ ਅਤੇ ਉਹਨਾਂ ਦੇ 3 ਭਰਾਵਾਂ ਸਮੇਤ 9 ਲੋਕਾਂ ਦੇ ਖਿਲਾਫ ਇਹ ਕੇਸ ਦਰਜ ਕੀਤਾ। ਇਸ ਦੇ ਬਾਅਦ ਇਸ ਡੀਲ 'ਚ ਘੋਟਾਲੇ ਦੇ ਚਲਦੇ ਔਗਸਤਾ ਵੈਸਟਲੈਂਡ ਦੇ ਨਾਲ ਸਾਰੇ ਕਰਾਰ ਰੱਦ ਕਰ ਦਿੱਤੇ ਗਏ। ਫਿਰ 2016 'ਚ ED ਨੇ ਇੱਕ ਚਾਰਜਸ਼ੀਟ ਦਾਇਰ ਕੀਤੀ, ਜਿਸ 'ਚ ਕ੍ਰਿਸ਼ਨ ਮਿਸ਼ਲ ਦੇ ਨਾਮ ਦਾ ਜ਼ਿਕਰ ਕੀਤਾ ਗਿਆ, ਜਿਸ ਨੇ ਔਗਸਤਾ ਵੈਸਟਲੈਂਡ ਦੇ ਨਾਲ ਭਾਰਤ ਵਿੱਚ ਇਸ ਡੀਲ ਨੂੰ ਅੰਜਾਮ ਤੱਕ ਪਹੁੰਚਾਇਆ। ਇਸ ਦੇ ਬਾਅਦ CBI ਨੇ ਇਹ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਨੇ ਔਗਸਤਾ ਵੈਸਟਲੈਂਡ ਡੀਲ ਨੂੰ ਦਬਾਉਣ ਦੇ ਖਾਤੇ ਕੰਟਰੈਕਟ 'ਚ ਕਈ ਬਦਲਾਵ ਕੀਤੇ। ਵਾਜਪਾਈ ਸਰਕਾਰ ਨੇ ਇਸ ਡੀਲ 'ਚ ਇੱਕ ਸ਼ਰਤ ਰੱਖੀ ਸੀ, ਜਿਸ ਦੇ ਮੁਤਾਬਕ VVIP ਹੈਲੀਕਾਪਟਰ ਦੀ ਉਡਾਨ ਕਰੀਬ 600 ਮੀਟਰ ਦੀ ਹੋਣੀ ਚਾਹੀਦੀ ਸੀ, ਪਰ ਕਾਂਗਰਸ ਸਰਕਾਰ ਨੇ ਇਸ ਸ਼ਰਤ ਨੂੰ ਖਾਰਜ ਕਰ ਦਿੱਤਾ ਅਤੇ 4500 ਮੀਟਰ ਤੱਕ ਦੀ ਉਚਾਈ ਵਾਲੇ ਹੈਲੀਕਾਪਟਰ ਖਰੀਦਣ ਦਾ ਪ੍ਰਸਤਾਵ ਰੱਖਿਆ, ਤਾਂ ਕਿ ਇਹ ਕੰਟਰੈਕਟ ਔਗਸਤਾ ਵੈਸਟਲੈਂਡ ਨੂੰ ਦਿੱਤਾ ਜਾ ਸਕੇ। ਦਸੰਬਰ 2010 'ਚ ਭਾਰਤ ਨੇ ਮਿਸ਼ਨ ਯੂਨੀਕੋਰਨ ਦੇ ਤਹਿਤ ਦੁਬਈ 'ਚ ਗ੍ਰਿਫਤਾਰ ਕ੍ਰਿਸ਼ਨ ਮਿਸ਼ਲ ਨੂੰ ਭਾਰਤ ਲਿਆਉਣ 'ਚ ਸਫਲਤਾ ਹਾਸਲ ਕੀਤੀ। ਹੁਣ ED ਲਗਾਤਾਰ ਕ੍ਰਿਸ਼ਨ ਮਿਸ਼ਲ ਤੋਂ ਪੁੱਛਤਾਛ ਕਰ ਰਹੀ ਹੈ ਅਤੇ ਚਾਰਜਸ਼ੀਟ ਦਾਇਰ ਕਰ ਨਵੇਂ ਤੱਥ ਸਾਹਮਣੇ ਲਿਆ ਰਹੀ ਹੈ। ਇਸੇ ਵਿੱਚ AP ਅਤੇ FAM ਦੇ ਨਾਮ ਸਾਹਮਣੇ ਆਏ। ਦੱਸ ਦਈਏ ਕਿ ਕ੍ਰਿਸ਼ਨ ਮਿਸ਼ੇਲ ਤੋਂ ਪੁੱਛਤਾਛ ਦੌਰਾਨ ਇਹ ਪਤਾ ਲੱਗਾ ਹੈ ਕਿ AP ਦਾ ਮਤਲਬ ਹੈ ਅਹਿਮਦ ਪਟੇਲ ਅਤੇ FAM ਦਾ ਮਤਲਬ ਹੈ ਫੈਮਿਲੀ। ਇਸੇ ਵਿੱਚ ਹਜੇ ਤੱਕ ਕੋਈ ਪੁਖਤਾ ਸਬੂਤ ਸਾਹਮਣੇ ਨਹੀਂ ਆਏ ਨੇ, ਜਿਸ ਤੋਂ ਇਹ ਸਾਬਤ ਨਹੀਂ ਹੋ ਸਕਦਾ ਕਿ ਗਾਂਧੀ ਪਰਿਵਾਰ ਨੇ ਇਸ ਡੀਲ 'ਚ ਕੋਈ ਨਿੱਜੀ ਲਾਭ ਚੱਕਿਆ ਹੈ। ਪਰ ਜਿੱਦਾਂ ਨਵੇਂ ਤੱਥ ਸਾਹਮਣੇ ਆ ਰਹੇ ਨੇ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਇਸ ਡੀਲ 'ਚ ਕੁਝ ਨਿੱਜੀ ਲਾਭ ਚੱਕਿਆ ਹੈ। ਇਸੇ ਦੇ ਨਾਲ ਮੈਨੂੰ ਯਾਨੀ ਕਿ ਸਿਮਰਨ ਨੂੰ ਦਿਓ ਇਜਾਜ਼ਤ। ਹੋਰ ਵੀ ਇਸੇ ਤਰ੍ਹਾਂ ਦੇ ਵਿਸ਼ੇ ਤੇ ਮੁੱਦਿਆਂ ਨੂੰ ਲੈ ਕੇ ਆਉਂਦੇ ਰਹਾਂਗੇ। ਜਦ ਤੱਕ ਜੁੜੇ ਰਹੋ ਦ TV NRI ਦੇ ਨਾਲ।